ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓ ਅਸੀਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਆਮ ਹੀ ਸੁਣਦੇ ਹਾਂ ਕਿ ਪੰਜਾਬ ਦੇ ਵਿੱਚ ਕਿਸੇ ਲੜਕੇ ਦਾ ਵਿਆਹ ਉਸ ਕੁੜੀ ਨਾਲ ਕੀਤਾ ਜਾਂਦਾ ਹੈ ਜਿਸ ਨੇ ਕਿ ਆਇਲਟਸ ਕੀਤੀ ਹੁੰਦੀ ਹੈ ਅਤੇ ਫਿਰ ਉਹ ਕੁੜੀ ਜਰੀਆ ਬਣਦੀ ਹੈ ਇੱਕ ਮੁੰਡੇ ਦੇ ਬਾਹਰ ਜਾਣ ਦਾ ਪਰ ਜੇਕਰ ਉਹ ਕੁੜੀ ਬਾਹਰ ਜਾ ਕੇ ਆਪਣੇ ਸਹੁਰੇ ਪਰਿਵਾਰ ਦੀਆਂ ਅਤੇ ਆਪਣੇ ਘਰ ਵਾਲੇ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੰਦੀ ਹੈ ਤਾਂ ਫਿਰ ਘਰ ਵਾਲਿਆਂ ਦੇ ਉੱਪਰ ਉਸ ਲੜਕੀ ਦੇ ਸਹੁਰਿਆਂ ਦੇ ਉੱਪਰ ਅਤੇ ਪੇਕੇ ਪਰਿਵਾਰ ਦੀ ਉੱਪਰ ਕੀ ਬੀਤਦੀ ਹੈ ਇਸ ਦੇ ਬਾਰੇ ਵਿੱਚ ਤਾਂ ਉਹ ਪਰਿਵਾਰ ਹੀ ਜਾਣਦੇ ਹਨ ਜਿਨ੍ਹਾਂ ਦੇ ਕੀ ਉਹ ਧੀ ਅਤੇ ਨੂੰਹ ਹੁੰਦੀ ਹੈ ਬਿਲਕੁਲ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਜੋ ਕਿ ਮੋਗਗੇ ਜ਼ਿਲ੍ਹੇ ਦੇ ਪਿੰਡ ਖਾਈ ਦੇ ਵਿੱਚ ਵਾਪਰੀ ਹੈ ਪਿੰਡ ਖਾਈ ਜੋ ਕਿ ਉਸ ਲੜਕੀ ਦਾ ਪੇਕਾ ਪਰਿਵਾਰ ਸੀ ਅਤੇ ਉਸੇ ਪਿੰਡ ਦੇ ਕੋਲ ਉਸ ਲੜਕੀ ਦੇ ਸਹੁਰੇ ਸਨ ਲੜਕੀ ਦੇ ਪਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਲੜਕੇ ਨੇ ਕੁਝ ਦਿਨ ਪਹਿਲਾਂ ਉਸ ਨੂੰ ਗਲ ਦੇ ਵਿੱਚ ਚੁੰਨੀ ਪਾ ਕੇ ਇੱਕ ਫੋਟੋ ਸੈਂਡ ਕੀਤੀ ਸੀ ਜਿਸ ਤੋਂ ਬਾਅਦ ਉਸ ਲੜਕੇ ਨੇ ਉਹ ਫੋਟੋ ਉਸ ਲੜਕੀ ਦੇ ਪੇਕੇ ਪਰਿਵਾਰ ਨੂੰ ਸੈਂਡ ਕਰ ਦਿੱਤੀ ਜਿਸ ਦੇ ਬਾਅਦ ਉਸ ਲੜਕੇ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਉਹ ਜੋ ਵੀ ਕਰਦੀ ਹਨ ਉਸ ਨੂੰ ਕਰਨ ਦਿੱਤਾ ਜਾਵੇ ਕਿਉਂਕਿ ਉਸ ਲੜਕੀ ਦੀ ਗਲਤੀ ਸੀ ਕਿ ਉਹ ਆਪਣੀ ਪੜ੍ਹਾਈ ਦੇ ਵਿੱਚੋਂ ਬਾਰ-ਬਾਰ ਫੇਲ ਹੋ ਰਹੀ ਸੀ ਅਤੇ ਉਸਨੇ ਕੈਨੇਡਾ ਜਾ ਕੇ ਕਦੇ ਕੋਈ ਵੀ ਕੰਮ ਨਹੀਂ ਸੀ ਕੀਤਾ ਹਾਲਾਂਕਿ ਉਸ ਉਹ ਲੜਕਾ ਜੋ ਕਿ ਜਸਪ੍ਰੀਤ ਕੌਰ ਦਾ ਪਤੀ ਸੀ ਉਹ ਉਸ ਨੂੰ ਹਰ ਮਹੀਨੇ ਪੈਸੇ ਭੇਜਦਾ ਸੀ ਅਤੇ ਉਸ ਲੜਕੀ ਦਾ ਖਰਚਾ ਚੱਲਦਾ ਸੀ ਜੇਕਰ ਉਹ ਲੜਕੀ ਕੰਮ ਵੀ ਨਹੀਂ ਕਰਦੀ ਸੀ ਅਤੇ ਪੜ੍ਹਦੀ ਵੀ ਨਹੀਂ ਸੀ ਤਾਂ ਇੱਥੇ ਹੀ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਉਹ ਲੜਕੀ ਕਰਦੀ ਕੀ ਸੀ ਜਿਸ ਦੇ ਕਰਕੇ ਉਸ ਨੂੰ ਕਾਲਜ ਜਾਣ ਦਾ ਟਾਈਮ ਨਹੀਂ ਸੀ ਲੱਗਦਾ ਅਤੇ ਨਾ ਹੀ ਉਸ ਨੂੰ ਕੰਮ ਤੇ ਜਾਣ ਦਾ ਟਾਈਮ ਮਿਲਦਾ ਸੀ ਉੱਥੇ ਉਹ ਤਿੰਨ ਵਾਰ ਫੇਲ ਹੁੰਦੀ ਹੈ ਪਰ ਉਹ ਆਪਣੇ ਪਤੀ ਨੂੰ ਦੱਸਦੀ ਤੱਕ ਨਹੀਂ ਹੈ ਕਿ ਉਹ ਫੇਲ ਹੋ ਗਈ ਹੈ ਇਸ ਤੋਂ ਬਾਅਦ ਜਦੋਂ ਉਸ ਲੜਕੀ ਦੀ ਆਫਰ ਲੈਟਰ ਮੰਗਵਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਲੇਖਪਤੀ ਨੂੰ ਪਤਾ ਲੱਗਦਾ ਹੈ ਕਿ ਉਹ ਪਿਛਲੇ 3 ਸੈਮੈਸਟਰ ਤੋਂ ਫੇਲ ਹੁੰਦੀ ਆ ਰਹੀ ਹੈ ਅਤੇ ਉਸਨੇ ਆਪਣੇ ਘਰ ਤੱਕ ਨਹੀਂ ਦੱਸਿਆ ਕਿ ਉਹ ਫੇਲ ਹੋ ਗਈ ਹੈ ਇਸ ਤੋਂ ਬਾਅਦ ਜਦੋਂ ਉਸ ਲੜਕੀ ਦੇ ਕੋਲ ਕੈਨੇਡਾ ਵਿੱਚ ਰਹਿਣ ਦਾ ਕੋਈ ਵੀ ਰੀਜ਼ਨ ਨਹੀਂ ਬਚਦਾ ਹੈ ਤਾਂ ਉਸ ਦਾ ਘਰ ਵਾਲਾ ਉਸ ਨੂੰ ਕਹਿੰਦਾ ਹੈ ਕਿ ਅਸੀਂ ਤੇਨੂੰ ਫਿਰ ਤੋਂ ਆਈਲਟਸ ਕਰਵਾ ਦਿੰਨੇ ਹਾਂ ਅਤੇ ਜੇਕਰ ਤੇਰੇ ਬੈਂਡ ਆ ਜਾਣਗੇ ਤਾਂ ਤਿਸ ਤੈਨੂੰ ਹੋਰ ਇੱਕ ਆਫਰ ਲੈਟਰ ਲੈ ਕੇ ਦੇ ਦੇਵਾਂਗੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਪਰ ਉਸ ਲੜਕੀ ਦੇ ਫਿਰ ਤੋਂ ਬੈਨ ਨਹੀਂ ਆਏ ਇਸ ਤੋਂ ਬਾਅਦ ਉਸ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਸ ਦਾ ਵਰਕ ਪਰਮਿਟ ਲਗਵਾ ਦਿੱਤਾ ਜਾਵੇਗਾ ਜਿਸ ਦੇ ਵਿੱਚ 25 ਤੋਂ 30 ਲੱਖ ਰੁਪਏ ਦਾ ਖਰਚਾ ਆਵੇਗਾ ਉਸ ਤੋਂ ਬਾਅਦ ਜਦੋਂ ਉਹ ਲੜਕੀ ਬਾਰ-ਬਾਰ ਫੇਲ ਹੁੰਦੀ ਆ ਰਹੀ ਸੀ ਤਾਂ ਉਸਦੇ ਪਤੀ ਨੇ ਕਿਹਾ ਕਿ ਤੈਨੂੰ ਅਸੀਂ ਪੱਕਾ ਇੰਡੀਆ ਮੰਗਵਾ ਲੈਂਦੇ ਹਾਂ ਪਰ ਉਹ ਲੜਕੀ ਪਹਿਲਾਂ-ਪਹਿਲਾਂ ਤਾਂ ਮੰਨ ਜਾਂਦੀ ਹੈ ਪਰ ਬਾਅਦ ਵਿੱਚ ਕਹਿੰਦੀ ਹੈ ਕਿ ਉਸਦੇ ਪੀਕੇ ਪਰਿਵਾਰ ਵਾਲੇ ਉਸ ਦਾ ਭਰਾ ਅਤੇ ਉਸ ਦੀ ਮਾਂ ਨਹੀਂ ਮੰਨਦੇ ਹਨ ਕਿ ਉਹ ਕੈਨੇਡਾ ਤੋਂ ਇੰਡੀਆ ਚਲੀ ਜਾਵੇ ਇਸ ਕਰਕੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਫੈਸਲਾ ਲਵੇ ਉਸਦੇ ਪਤੀ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਉਸ ਨੇ ਆਪਣੇ ਸਹੁਰੇ ਪਰਿਵਾਰ ਨਾਲ ਵੀ ਗੱਲ ਕੀਤੀ ਕਿ ਮੈਂ ਜਸਪ੍ਰੀਤ ਨੂੰ ਕੈਨੇਡਾ ਤੋਂ ਇੰਡੀਆ ਮੰਗਵਾਉਣਾ ਚਾਹੁੰਨਾ ਹਾਂ ਪਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਗੱਲ ਨੂੰ ਟਾਲ ਦਿੰਦੇ ਸਨ ਉਸ ਲੜਕੀ ਦਾ ਪੂਰਾ ਪਰਿਵਾਰ ਉਸ ਦੇ ਖਿਲਾਫ ਸੀ ਪਰ ਉਸ ਦਾ ਪਿਓ اپنی ਧੀ ਦੀ ਸਾਈਡ ਲੈਂਦਾ ਸੀ ਉਸਨੇ ਕਿਹਾ ਕਿ ਜੇਕਰ ਤੇਨੂੰ ਤੇਰਾ ਭਰਾ ਤੇ ਮਾਂ ਨਹੀਂ ਬੁਲਾਉਣਗੇ ਜਾਂ ਫਿਰ ਤੇਰੇ ਨਾਲ ਨਹੀਂ ਵਰਤਣਗੇ ਤਾਂ ਕੋਈ ਗੱਲ ਨਹੀਂ ਮੈਂ ਹਮੇਸ਼ਾ ਤੇਰੇ ਦੇ ਨਾਲ ਵਰਤਦਾ ਰਵਾਂਗਾ ਅਤੇ ਤੇਰੇ ਕੋਲ ਆਉਂਦਾ ਰਵਾਂਗਾ ਪਰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਕਿ ਉਹ ਲੜਕੀ ਗੁਰਪ੍ਰੀਤ ਦੇ ਸਾਹਮਣੇ ਕੈਨੇਡਾ ਤੋਂ ਵਾਪਸ ਆਉਣ ਤੋਂ ਮੁੱਕਰ ਗਈ ਅਤੇ ਉਸਨੇ ਕਿਹਾ ਕਿ ਮੈਂ ਵਾਪਸ ਨਹੀਂ ਆਵਾਂਗੀ ਜਦੋਂ ਉਸਨੇ ਬਤਮੀਜੀ ਦੇ ਨਾਲ ਗੁਰਪ੍ਰੀਤ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਸਨੇ ਗੁਰਪ੍ਰੀਤ ਦਾ ਫੋਨ ਕੱਟ ਦਿੱਤਾ ਤੇ ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਚੁੱਕਿਆ ਤੇ ਨਾ ਹੀ ਉਸ ਨੂੰ ਫੋਨ ਲਗਾਇਆ ਇਸ ਤੋਂ 5-6 ਦਿਨ ਬਾਅਦ ਫਿਰ ਇਹ ਖਬਰ ਮਿਲਦੀ ਹੈ ਕਿ ਗੁਰਪ੍ਰੀਤ ਕੌਰ ਨੇ ਸੁਸਾਇਡ ਕਰ ਲਿਆ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਕੌਰ ਨੇ ਨਹੀਂ ਮੰਨਿਆ ਕਿ ਵਾਕਿਆ ਹੀ ਉਸ ਦੀ ਪਤਨੀ ਨੇ ਸੁਸਾਇਡ ਕਰ ਲਿਆ ਹੈ ਉਸ ਨੇ ਅਜੇ ਵੀ ਇਹ ਸੋਚਿਆ ਕਿ ਜਿਸ ਤਰ੍ਹਾਂ ਉਹ ਪਹਿਲਾਂ ਫੋਟੋ ਭੇਜ ਕੇ ਉਸ ਨੂੰ ਧਮਕਾ ਰਹੀ ਸੀ ਹੁਣ ਵੀ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਹੋਵੇਗਾ ਪਰ ਸੱਚ ਵਿੱਚ ਹੀ ਜਸਪ੍ਰੀਤ कौर ਨੇ ਖੁਦਕੁਸ਼ੀ ਕਰ ਲਈ ਅਤੇ ਉਹ ਅੱਜ ਇਸ ਪੂਰੀ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਅਤੇ ਉਸਨੇ ਆਪਣੀ ਵੌਇਸ ਰਿਕਾਰਡਿੰਗ ਦੇ ਵਿੱਚ ਇਹ ਦੱਸਿਆ ਹੈ ਕਿ ਉਸ ਦੇ ਸੁਸਾਇਡ ਕਰਨ ਦੇ ਪਿੱਛੇ ਕਿਸੇ ਦਾ ਕੋਈ ਹੱਥ ਨਹੀਂ ਹੈ ਉਹ ਜੋ ਵੀ ਕੁਝ ਕਰ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਹੀ ਕਰ ਰਹੀ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ